ਇਹ ਕਹਾਣੀ ਇੱਕ ਆਮ ਜਿਹੇ ਪਿੰਡ ਤੋਂ ਸ਼ੁਰੂ ਹੋਈ ਸੀ ਜਿਸ ਦਾ ਕਿਰਦਾਰ ਮੈਂ ਖੁਦ ਹਾਂ। ਕਿਰਦਾਰ ਤਾਂ ਸੀ ਪਰ ਮੇਰਾ ਸ਼ਾਇਦ ਕੋਈ ਵਜੂਦ ਨਹੀਂ ਸੀ। ਜਵਾਨੀ ਇੱਕ ਅਜਿਹੀ ਚੀਜ਼ ਆ ਜੋ ਚੜ੍ਹਦਿਆਂ ਹੀ ਰੰਗ ਵਿਖਾ ਜਾਂਦੀ ਆ। ਅਕਸਰ ਜਵਾਨੀ ਨੂੰ ਕੋਈ ਕੋਈ ਸਾਂਭ ਸਕਦਾ। ਇਹ ਕਹਾਣੀ ਵੀ ਕੁਝ ਇਸ ਤਰ੍ਹਾਂ ਹੈ। ਆਜੋ ਆਜੋ ਕਿੱਦਾਂ ਜਨਾਬ? ਵਧੀਆ ਜੀ। ਬਸ ਇੱਥੇ ਪਿੰਡ 'ਚ ਹੀ ਰਹੇਗਾ ਕਿ ਤੂੰ ਅੱਗੇ ਵੀ ਦੁਨੀਆ ਵੇਖੇਗਾ? ਮਤਲਬ ਵੀਰ ਜੀ ਮੈਂ ਸਮਝਿਆ ਨਹੀਂ ਕੁਝ ਯਾਰ। ਉਹ ਇੱਥੇ ਪਿੰਡ 'ਚ ਰਹਿ ਕੇ ਆਪਣੀ ਜ਼ਿੰਦਗੀ ਬਰਬਾਦ ਕਰੀ ਆ ਨਾ, ਕੁਝ ਘੁੰਮ ਫਿਰ, ਐਸ਼ ਕਰ। ਮਤਲਬ ਯਾਰ ਸਮਝਾ ਮੈਨੂੰ ਮੇਰਾ ਵੀਰ, ਕੀ ਕਹਿਣਾ ਚਾਹੁੰਦਾ ਤੂੰ? ਉਹ ਕੱਲ੍ਹ ਹੋ ਜਾਈ ਤਿਆਰ 7:45 ਵਜੇ, ਤੈਨੂੰ ਸਮਝਾਵਾਂਗੇ ਕੀ ਹੁੰਦੀ ਆ ਦੁਨੀਆ ਤੇ ਕੀ ਹੁੰਦੀ ਆ ਜ਼ਿੰਦਗੀ। ਚੰਗਾ ਫਿਰ। ਚੰਗਾ ਵੀਰ। ਚੰਗਾ ਵੀਰ। ਦਾਤੀਆਂ ਵਾਲਾ ਪੱਖਾ ਲਾ, ਕੋਠੇ ਤੇ ਸੌਂ ਜਾਈਏ, ਤੂੰ ਏਸੀ ਰੂਮ ਚ ਸੋਨੀਏ, ਮੁੱਟੇ ਆਰੇ ਨੀ। ਕੌਣ? ਜਗਰੂਪ। ਆਇਆ ਆਇਆ ਵੀਰ। ਜਗਰੂਪ ਇਹਨੂੰ ਬਹੁਤਾ ਹੀ ਚਾਅ ਚੜਿਆ ਘੁੰਮਣ ਦਾ। ਕਿੱਦਾਂ ਵੀਰਾ? ਤੇ ਵਿਹਲੇ ਆ, ਤੂੰ ਕਿੱਥੇ ਚੱਲਿਆ? ਚੱਲ ਪਾ ਗਿਆ ਰੇ, ਵਿਖਾਈਏ ਮੁੰਡੇ ਨੂੰ ਸ਼ਹਿਰ ਫਿਰ ਅੱਜ। ਉਹ ਬਾਹਰ ਬਾਹਰ ਹੀ ਕਰ ਲਾ ਥੱਲੇ ਖਾਣੀ ਹੋਵੇ ਬਾਹਰ ਬਾਹਰ। ਯਾਰ ਤੁਸੀਂ ਇੱਦਾਂ ਫਿਰ ਰੋਜ਼ ਹੀ ਆਉਂਦੇ ਆ ਸ਼ਹਿਰ? ਯਾਰ ਪਿੰਡ ਵੀ ਕੀ ਕਰਨਾ ਹੁੰਦਾ ਤੈਨੂੰ ਪਤਾ, ਵਿਹਲੇ ਹੁੰਦੇ ਆ ਇੱਥੇ। ਚੱਲ ਆਤ ਨੂੰ ਹੁਣ ਸ਼ਹਿਰ ਦਾ ਸੀਨ ਖਾਉਂਦੇ, ਤੂੰ ਤਾਂ ਕਮਲਿਆ ਪਿੰਡ ਘੱਟਾ ਖਾਖਾ ਮਰ ਚੱਲਿਆ, ਸਾਡੇ ਨਾਲ ਕਿਤੇ ਵੇਖਦੇ ਸਹੀ ਨਜ਼ਾਰੇ ਕਿਤੇ ਇੱਕ ਦਿਨ। ਯਾਰ ਕੰਮ ਕਾਰ ਵੀ ਜ਼ਰੂਰੀ ਆ। ਉਹ ਕੰਮ ਕਾਰ ਮੈਂ ਮਰਦਾ, ਕੰਮ ਕਰਨ ਨੂੰ ਬਾਪੂ ਵੀ ਹੈਗਾ, ਆਪਾਂ ਕੀ ਕਰਨਾ ਕੰਮ ਯਾਰ, ਸਾਡੀ ਉਮਰ ਕਿਤੇ ਕੰਮ ਕਰਨ ਵਾਲੀ ਕਿਤੇ। ਤੂੰ ਵੀ ਕਮਲੀਆਂ ਕਰਦਾ ਯਾਰ, ਤੁਹਾਨੂੰ ਨਜ਼ਾਰੇ ਵੇਖੇ ਤੂੰ ਨਜ਼ਾਰੇ। ਯਾਰ ਕੀ ਕਰਨਾ ਪਿੰਡ, ਆਪਾਂ ਸਾਰੀ ਦਿਹਾੜੀ ਇੱਥੇ, ਚਲੋ ਗੇੜੀ ਸ਼ੇੜੀ ਮਾਰੋ, ਵੇਖ ਬੀਬੀਆਂ ਸਾਹਮਣੇ। ਸ਼ਹਿਰ ਕਥਾ ਗੁਰੂਆ ਤੇ ਸਵਰਗੀ ਆ। ਇੱਦਾਂ ਹੀ ਆ ਨਾ ਫਿਰ, ਇੱਥੇ ਆਉਂਦੇ ਸਾਰੇ ਇੰਗਲਿਸ਼ ਸਿੱਖਣ। ਵੇਖ ਉਹ ਵੀ ਚੱਲਿਆ ਅੰਗਰੇਜ਼ੀ ਸਿੱਖ ਕੇ। ਵੀਰ ਵੇਖੋ ਨਜ਼ਾਰੇ ਸ਼ਹਿਰ ਦੇ, ਤੂੰ ਵੀ ਕਰ ਲਾ ਆਈਲੈਟਸ। ਵਾਕਈ ਯਾਰ ਕਰਦਾ ਗੱਲ ਮੈਂ, ਕੋਈ ਨੀ ਕਰ ਫਿਰ ਹਿਲਾ ਵਸੀਲਾ ਅੱਜ ਨਾਲ ਕਰਦਾ, ਕੋਈ ਨੀ। ਮਣਾ ਇਹਨਾਂ ਨੂੰ ਤੇ ਯਾਰ ਨਜ਼ਾਰੇ ਆ, ਇੱਥੇ ਆਣ ਕੇ ਗੱਡੀਆਂ ਵੀ ਬਦਲੀ ਜਾਂਦੇ ਆ। ਉਹ ਬੱਲੇ ਕੱਲ ਕਿੱਥੇ ਰਿਹਾ ਸਾਰੀ ਦਿਹਾੜੀ? ਉਹ ਰਹਿਣਾ ਰੋਣਾ ਕਿੱਥੇ ਹੀ, ਇੱਥੇ ਹੀ ਬਸ ਪਾਰਕ 'ਚ ਲਾਇਆ ਵੀ ਆ ਗਏ ਨਵੇਂ ਯਾਰ ਵੀ ਆਪਣੇ ਮਿਲੋ ਉਹਨਾਂ ਨੂੰ। ਕਿੱਦਾਂ ਜਨਾਬ, ਹੋਰ ਵੀਰ ਜੀ ਕੀ ਹਾਲ ਚਾਲ ਜੀ? ਠੀਕ ਠਾਕ। ਆ ਸਾਡੀ ਜਿੰਦ ਜਾਣਿਆ। ਉਸ ਦਿਨ ਮੈਂ ਘਰ ਤਾਂ ਆ ਗਿਆ ਪਰ ਮੇਰੀ ਸੋਚ ਅਜੇ ਵੀ ਸ਼ਹਿਰ ਵਿੱਚ ਘੁੰਮ ਰਹੀ ਸੀ, ਜੋ ਮੈਨੂੰ ਤਿਲ ਤਿਲ ਕਰਕੇ ਅੰਦਰੋਂ ਅੰਦਰੀ ਮਾਰਦੀ ਤੇ ਰੀਸ ਕਰ ਲਈ ਉਕਸਾ ਰਹੀ ਸੀ। ਪਾਣੀ ਪਾਣੀ ਸਾਡੇ ਨਾਲ ਕਿਤੇ ਵੇਖਦੇ ਸਹੀ ਨਜ਼ਾਰੇ ਕਿਤੇ ਇੱਕ ਦਿਨ।
ਉਹ ਇੱਥੇ ਪਿੰਡ 'ਚ ਰਹਿ ਕੇ ਆਪਣੀ ਜ਼ਿੰਦਗੀ ਬਰਬਾਦ ਕਰੀ ਹੈ ਨਾ। ਬਾਪੂ ਜੀ ਗੱਲ ਸੁਣੋ। ਬਾਪੂ ਜੀ ਮੈਂ ਬਾਹਰ ਜਾਣਾ ਯਾਰ। ਕਿੱਥੇ ਬਾਹਰ ਜਾਣਾ ਮੇਰੇ ਪੁੱਤ ਨੇ? ਬਾਹਰ ਮੈਂ ਕੈਨੇਡਾ ਜਾਣਾ। ਬਾਪੂ ਜੀ ਨਾਲੇ ਸਾਰੇ ਹੀ ਸ਼ਾਵਾਂ ਦੇ ਮੁੰਡੇ ਅੰਗਰੇਜ਼ੀ ਸਿੱਖ ਕੇ ਬਾਹਰ ਚੱਲੇ ਆ, ਮੈਂ ਇੱਥੇ ਕੀ ਕਰੂੰਗਾ ਯਾਰ ਦੱਸੋ? ਮੈਨੂੰ ਨਹੀਂ ਪਤਾ ਯਾਰ ਕੁਛ ਵੀ, ਮੈਂ ਬਾਹਰ ਜਾਣਾ ਯਾਰ। ਪੁੱਤੋ ਤੇ ਸ਼ਾਹ ਤੇ ਅਸੀਂ, ਮੈਨੂੰ ਦੱਸੋ ਆਪਾਂ ਹੈ ਕੀ ਆ? ਦੱਸੋ ਮੈਨੂੰ ਵੀ ਆਪਾਂ ਕੌਣ ਆ? ਪੁੱਤ ਸਭ ਕੁਝ ਤੇਰੇ ਕੋਲ ਆ, ਕੀ ਨੀ ਹੈਗਾ ਤੇਰੇ ਕੋਲ ਇੱਥੇ? ਦੱਸੋ ਮੇਰੇ ਕੋਲ ਕੀ ਆ ਯਾਰ? ਆ ਕੀ ਆ ਦੱਸੋ। ਆ ਸਾਰੀਆਂ ਜ਼ਮੀਨਾਂ ਤੇਰੀਆਂ ਹੀ ਆ। ਓ ਯਾਰ ਕਿਹੜੀ ਜ਼ਮੀਨ ਆ? 5-7 ਖੱਤੀਆਂ ਨੂੰ ਮੈਂ ਕੀ ਕਰੂੰਗਾ ਯਾਰ? ਨਾਲੇ ਇਹਨੂੰ ਵੇਚ ਤੇ ਨਾਲੇ ਤੂੰ ਵੀ ਸੌਖਾ ਹੋ ਜਾ ਕੁਛ। ਆ ਕੱਪੜਾ ਲੀੜਾ ਚੱਜਦਾ ਪਲਾ, ਤੂੰ ਕੀ ਪਾਟੇ ਕੱਪੜੇ ਪਾਈ ਜਾਣਾ ਯਾਰ? ਤੂੰ ਕੋਈ ਕੱਪੜਾ ਲੀੜਾ ਚੱਜਦਾ ਪਲਾ, ਨਾਲੇ ਇਹਨਾਂ ਨੇ ਵੇਚ ਦੇ, ਤੂੰ ਕਰਨਾ ਕੀ ਆ? ਕਿੱਦਾਂ ਵੇਚਦਾ ਮੈਂ ਜ਼ਮੀਨ? ਜ਼ਮੀਨ ਤੇ ਜੱਟ ਦੀ ਮਾਂ ਹੁੰਦੀ ਆ। ਕਿਹੜੀ ਮਾਂ ਦੱਸ ਮੈਨੂੰ ਵੀ? ਮੈਂ ਆਪਣੇ ਜੀਂਦੇ ਆਪਣੇ ਬਜ਼ੁਰਗਾਂ ਨਿਸ਼ਾਨੀ ਵੇਚ ਨਹੀਂ ਸਕਦਾ। ਕਿਹੜੇ ਬਜ਼ੁਰਗ? ਜਾ ਯਾਰ ਜਾ, ਜਿੱਥੇ ਗਏ ਤੇਰੇ ਬਜ਼ੁਰਗ ਨਾ, ਜਾ ਤੂੰ ਵੀ ਚੱਲ ਜਾ ਉੱਥੇ, ਜਾ ਮੈਨੂੰ ਨਹੀਂ ਪਤਾ ਕੁਛ। ਜਾ ਜਿੱਥੇ ਮਰਨਾ ਹੀ ਜਾ। ਫਿਰੇ ਤਕਦੀਰਾਂ ਬਦਲਣ ਨੂੰ, ਤੇਰਾ ਅਕਸ ਬੁਲਬਲੇ ਪਾਣੀਆਂ ਦੇ, ਉਸ ਲਿਖੀਆਂ ਪਰਵਰਦਿਗਾਰ ਦੀਆਂ, ਨਾ ਤੇਥੋਂ ਟਾਲੀਆਂ ਜਾਣੀਆਂ ਨੇ, ਨਾ ਤੇਥੋਂ ਟਾਲੀਆਂ ਜਾਣੀਆਂ ਨੇ।